ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਇੱਕ ਸ਼ਹਿਰ, ਇੱਕ ਨਾਮ ਤੇ ਦੋ ਅਲੱਗ ਅਲੱਗ ਸ਼ਖਸ, ਦੋਨਾਂ ਨੂੰ ਕਿਸਮਤ ਨੇ ਦਿੱਤਾ ਮੌਕਾ, ਪਰ ਦੋਨਾਂ ਚੋਂ ਇੱਕ ਨਿਕਲਿਆ ਮੁਕੱਦਰ ਦਾ ਸਿਕੰਦਰ। ਇਹ ਤਸਵੀਰਾਂ ਨੇ ਗੁਰਦਾਸਪੁਰ ਦੀਆਂ। ਗੁਰਦਾਸਪੁਰ 'ਚ ਲਾਟਰੀ ਦਾ ਸਟਾਲ ਚਲਾਉਣ ਵਾਲੇ ਮੋਹਨ ਲਾਲ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਏਗਾ ਕਿ ਉਹਨਾਂ ਦੇ ਹੱਥ ਆਇਆ ਲਾਟਰੀ ਦਾ ਟਿਕਟ ਕਿਸੇ ਹੋਰ ਦੀ ਕਿਸਮਤ ਦੀ ਪਿਟਾਰੀ ਖੋਲ੍ਹ ਦੇਗਾ। ਦਰਅਸਲ ਮੋਹਨ ਲਾਲ ਦੀ ਦੁਕਾਨ ਤੋਂ ਵਿਕਿਆ ਸੀ ਉਹ ਲਾਟਰੀ ਦਾ ਟਿਕਟ, ਜਿਸਨੇ ਦਿੱਤਾ ਏ 1.5 ਕਰੋੜ ਰੁਪਏ ਦਾ ਇਨਾਮ, ਯਾਨੀ ਕਿ ਦੀਵਾਲੀ ਬੰਪਰ। ਗੁਰਦਾਸਪੁਰ ਦੇ ਮੋਹਨ ਲਾਲ ਨੇ ਗੁਰਦਾਸਪੁਰ ਦੇ ਹੀ ਮੋਹਨ ਲਾਲ ਨੂੰ ਵੇਚ ਦਿੱਤੀ ਲਾਟਰੀ ਦੀ ਟਿਕਟ, ਉਹੀ ਲਾਟਰੀ ਦੀ ਟਿਕਟ ਜਿਸਦਾ ਨੰਬਰ 1.5 ਕਰੋੜ ਦਾ ਵਿਜੇਤਾ ਬਣਿਆ। ਮੋਹਨ ਲਾਲ ਗੁਰਦਾਸਪੁਰ ਦਾ ਰਹਿਣ ਵਾਲਾ ਮੋਹਨ ਲਾਲ ਗਾਰਡਰ ਤੇ ਅਲਮਾਰੀਆਂ ਠੀਕ ਕਰਨ ਦਾ ਕੰਮ ਕਰਦਾ ਸੀ, ਡੋਰ ਟੂ ਡੋਰ ਜਾ ਕੇ ਅਲਮਾਰੀਆਂ ਠੀਕ ਕਰਨੀਆਂ। ਪਰ ਮੋਹਨ ਲਾਲ ਤਾਂ ਮੁਕੱਦਰ ਦਾ ਸਿਕੰਦਰ ਸੀ। ਇਸ ਗੱਲ ਦੀ ਜਾਣਕਾਰੀ ਉਸਨੂੰ ਅੱਜ ਹੋਈ ਜਦੋਂ ਉਸਨੂੰ ਪਤਾ ਲੱਗਿਆ ਕਿ ਦੀਵਾਲੀ ਬੰਪਰ ਦਾ ਪਹਿਲਾ ਇਨਾਮ ਉਸਦਾ ਨਿਕਲਿਆ ਏ। ਦਰਅਸਲ ਲਾਟਰੀ ਦੀ ਟਿਕਟ ਵੇਚਣ ਵਾਲੇ ਦੁਕਾਨਦਾਰ ਦਾ ਨਾਮ ਵੀ ਮੋਹਨ ਲਾਲ ਸੀ। ਉਸਨੇ ਜਦੋਂ ਮੋਹਨ ਲਾਲ ਨੂੰ ਟਿਕਟ ਵੇਚੀ ਤਾਂ ਉਸਦਾ ਮੋਬਾਈਲ ਨੰਬਰ ਨੋਟ ਕਰਕੇ ਵੀ ਕਿਤੇ ਹੋਰ ਰੱਖ ਕੇ ਭੁੱਲ ਗਿਆ। ਇਹੀ ਵਜ੍ਹਾ ਰਹੀ ਕੱਲ੍ਹ ਜਦੋਂ ਰਿਜ਼ਲਟ ਆਇਆ ਉਹਨੂੰ ਇਸ ਗੱਲ ਦੀ ਖਬਰ ਤਾਂ ਹੋ ਗਈ ਸੀ ਕਿ ਲਾਟਰੀ ਉਸੇ ਦੀ ਦੁਕਾਨ ਤੋਂ ਵਿਕੀ, ਪਰ ਉਸ ਕੋਲ ਮੋਹਨ ਲਾਲ ਦਾ ਨੰਬਰ ਨਹੀਂ ਸੀ। ਮੋਹਨ ਲਾਲ ਨੇ ਅੱਜ ਅਖਬਾਰ ਦੇ ਵਿੱਚ ਨੰਬਰ ਪੜ੍ਹਿਆ ਤਾਂ ਉਸਦੇ ਹੋਸ਼ ਉੱਡ ਗਏ ਕਿ ਉਹ ਤਾਂ ਬਣ ਚੁੱਕਿਆ ਏ ਮੁਕੱਦਰ ਦਾ ਸਿਕੰਦਰ, ਯਾਨੀ ਕਿ 1.5 ਕਰੋੜ ਦਾ ਵਿਜੇਤਾ। ਮੋਹਨ ਲਾਲ ਤੁਰੰਤ ਲਾਟਰੀ ਦੀ ਦੁਕਾਨ 'ਤੇ ਪਹੁੰਚਿਆ। ਉੱਥੇ ਜਾ ਕੇ ਪਤਾ ਲੱਗਿਆ ਕਿ ਉਹੀ ਹੈ ਲਾਟਰੀ ਦਾ ਵਿਜੇਤਾ। ਇਸ ਤੋਂ ਬਾਅਦ ਵਿੱਚ ਮੋਹਨ ਲਾਲ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਇਸ ਸਾਰੇ ਮਸਲੇ 'ਚ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਕਿਸਮਤ ਨੇ ਇਸ ਵਾਰ ਲਾਟਰੀ ਦੀ ਟਿਕਟ ਮੋਹਨ ਲਾਲ ਦੇ ਨਾਮ 'ਤੇ ਹੀ ਲਿਖੀ ਸੀ। ਇਹੀ ਵਜ੍ਹਾ ਹੈ ਕਿ ਪਹਿਲੇ ਇਹ ਟਿਕਟ ਮੋਹਨ ਲਾਲ ਦੇ ਕੋਲ ਵਿਕਣ ਆਇਆ। ਮੋਹਨ ਲਾਲ ਨੇ ਇਹ ਟਿਕਟ ਮੋਹਨ ਲਾਲ ਨੂੰ ਹੀ ਵੇਚ ਦਿੱਤੀ ਅਤੇ ਹੁਣ ਮੋਹਨ ਲਾਲ ਬਣ ਗਿਆ ਮੁਕੱਦਰ ਦਾ ਸਿਕੰਦਰ। ਤੁਸੀਂ ਆਪ ਹੀ ਸੁਣੋ ਕਿਸ ਤਰੀਕੇ ਨਾਲ ਲਾਟਰੀ ਵਾਲੇ ਨੇ ਉਸਨੂੰ ਵੇਚੀ ਟਿਕਟ। ਉਸ ਤੋਂ ਬਾਅਦ ਵਿੱਚ ਮਿਲੋ ਮੁਕੱਦਰ ਦੇ ਸਿਕੰਦਰ ਮੋਹਨ ਲਾਲ ਨੂੰ। ਮੇਰਾ ਨਾਮ ਮੋਹਨ ਲਾਲ ਜੀ, ਦੀਵਾਲੀ ਪੂਜਾ ਬੰਪਰ 6-7 ਤਰੀਕ ਦੇ ਵਿੱਚ ਪਾਇਆ, ਦੋ ਟਿਕਟਾਂ ਪਾਈਆਂ ਨੇ, ਟਿਕਟ 200 ਰੁਪਏ ਦੀ ਭਾਜੀ, ਇੱਕ ਦੋ ਟਿਕਟਾਂ ਪਾਈਆਂ। ਪਹਿਲਾ ਨਾਮ ਦੋਨਾਂ ਦਾ 1.5 ਕਰੋੜ ਆ, ਇੱਕ ਏ 'ਚ ਨਿਕਲਦਾ, ਇੱਕ ਬੀ 'ਚ ਨਿਕਲਦਾ। ਇਹਨਾਂ ਦੇ 'ਚ ਨਾਮ ਨਿਕਲਿਆ ਜੀ 0-34-493। ਇਹਨਾਂ ਜੀ ਆਪ ਹੀ ਅਖਬਾਰ ਘਰ ਵੇਖੀ ਹੈ, ਮੈਂ ਫੋਨ ਨੰਬਰ ਨੋਟ ਕੀਤਾ ਆਪਣਾ, ਉਹ ਥੋੜ੍ਹਾ ਅੱਗਾ ਪਿੱਛਾ ਹੋ ਗਿਆ। ਇਹਨਾਂ ਘਰ ਅਖਬਾਰ ਵੇਖੀ ਆ, ਅਖਬਾਰ ਵੇਖ ਕੇ ਘਰ ਆਪਣੇ ਆਪਣਾ ਆਏ। ਅਸੀਂ ਲੱਭਣ ਡੇ, ਕੱਲ੍ਹ ਤਾਂ ਮਿਲਿਆ ਨਹੀਂ ਬੰਦਾ, ਤਾਂ ਅੱਜ ਪੁੱਤ ਦੀ ਚਲੋ ਪੁਰਾਣੇ ਵਾਲੇ ਗਾਹਕ ਆ ਨੇ, ਕਾਫੀ ਪੱਕੇ ਗਾਹਕ ਨੇ, ਪੁਰਾਣੇ ਗਾਹਕ ਨੇ, ਕਾਫੀ ਪੁਰਾਣੇ ਗਾਹਕ ਨੇ। ਜਿੱਥੇ ਲੱਭੇ ਕਰਨ ਲਈ, ਦੀਨਾ ਨਗਰ, ਗੁਰਦਾਸਪੁਰ, ਜੰਮੂ ਜਾ ਕਿਤੇ ਵੀ ਲੱਭੇ ਕੰਮ ਕਰਨ ਲਈ। ਇਹ 5-7 ਸਾਲ ਤੋਂ ਪਾਉਂਦਾ ਆ ਜੀ। ਨਹੀਂ ਜੀ, ਕਦੀ ਪਹਿਲੀ ਵਾਰ ਨਿਕਲਿਆ ਜੀ। ਕਿੰਨਾ ਨਿਕਲਿਆ? 1.5 ਕਰੋੜ। ਕਦੋਂ ਲਾਟਰੀ ਹੋ ਗਈ? ਇਹ ਲਾਟਰੀ ਹੋ ਗਈ ਜੀ, ਮੇਰੇ
ਖੁਆਰ ਦੇਖੀ ਤੇ ਫਿਰ ਚੈੱਕ ਕੀਤਾ ਤੇ ਬੜਾ ਧੰਨਵਾਦ ਧੰਨਵਾਦ ਪੰਜਾਬ ਸਰਕਾਰ ਦੇ ਇਹੋ ਜਿਹੇ ਬੰਪਰ ਕੱਢਣੇ।